ਹਾਂਜੀ ਹਾਂਜੀ ਦੱਸੋ ਜੀ, ਅਸੀਂ ਇਹ ਪੁੱਛਦੇ ਹਾਂ ਜੀ, ਮੈਂ ਜਦੋਂ ਆਏ ਸੀ ਕਿੰਨਾ ਭਾਰ ਸੀਗਾ? ਜਦੋਂ ਆਇਆ ਸੀਗਾ ਜੀ, ਅਸੀਂ ਕੰਪਿਊਟਰ ਕੰਡੇ ਨਾਲ ਜੋਖਿਆ ਗਾ ਜੀ, ਸਾਡੇ ਕੋਲ ਮੱਛੀ ਫਾਰਮ ਆ ਜੀ, ਕੰਪਿਊਟਰ ਕੰਡਾ ਰੱਖਿਆ ਹੋਇਆ, ਮੇਰਾ ਵਜ਼ਨ 73 ਕਿਲੋ ਸੀਗਾ ਜੀ ਪੂਰਾ, ਥੋੜਾ ਜਿਹਾ ਘਟਦਾ ਸੀਗਾ, ਠੀਕ ਹੈ, 100 ਗ੍ਰਾਮ 200 ਗ੍ਰਾਮ, ਠੀਕ ਹੈ ਠੀਕ ਹੈ ਜੀ। ਕਾਲੀਆਂ ਦੇ ਬੰਦੇ ਕਾਂਗਰਸ ਦੇ ਕੋਲੇ ਖੜੇ ਸੀ, ਠੀਕ ਹੈ, ਸਾਨੂੰ ਕਹਿੰਦੇ ਜੀ ਗਰਮ ਪੱਟੀਆਂ ਲੈ ਜੋ, ਠੀਕ ਹੈ, ਇੱਕ ਮੁੰਡਾ ਮੇਰੇ ਨਾਲ ਹੋਰ ਆ ਸਾਡੇ ਪਿੰਡੋਂ, ਅਸੀਂ ਚਿੜੀਆ ਚਿੜੀਆ ਕਹਿ ਦਿੰਦੇ ਹਾਂ, ਠੀਕ ਹੈ, ਗਰਮ ਪੱਟੀਆਂ ਲੈ ਜੋ, ਜੇਕਰ ਦੇਖੀ ਜਾਂਦੀ ਹੈ, ਸਾਡੇ ਘਰੇ ਵੀ ਗਏ ਜੀ, ਅੱਛਾ, ਮੇਰੀ ਨੂੰਹ ਕਹਿੰਦੇ ਬੱਚੇ ਕਹਿੰਦੇ ਇੱਕ ਦੇ ਪਾਪਾ ਤੂੰ ਨਾ ਜਾ, ਪੂਰੇ ਖਿਆਲ ਦੀ ਰੁੱਤਾ ਜੀ ਕਿਵੇਂ ਛਾਵਾਂਗੀ, ਇਹ ਕੁਛ ਤੇਰਾ ਟੁੱਟ ਗਿਆ ਕਰ ਗਿਆ, ਕਿਵੇਂ ਤੈਨੂੰ ਚੱਕੀ ਫਿਰਾਂਗੇ, ਤੂੰ ਕਹਿੰਦਾ 73 ਕਿਲੋ ਵਜਨਾ ਮੇਰੇ ਚ, ਸਹੀ ਹੈ ਜੀ, ਮੈਂ ਆ ਗਿਆ ਹੁਣ, ਮੈਂ ਜਾ ਕੇ ਕਾਲੀਆਂ ਨੂੰ ਵਜਨਾ ਦਿਖਾਊਂਗਾ, ਪਹਿਲਾਂ ਤਾਂ ਮੈਂ ਇੱਥੇ ਜੋਕ ਕੇ ਜਾਊਂਗਾ, ਰਾਹ ਚ ਕੁਝ ਕੰਪਿਊਟਰ ਕੰਡਾ ਹੋਊਗਾ ਜਦੋਂ ਆਪਾਂ ਗਏ ਜੰਗ ਜਿੱਤ ਕੇ, ਠੀਕ ਹੈ, ਜੇ ਮੇਰਾ 74 ਹੋ ਗਿਆ, 74 ਨੀ ਮਿਲਦਾ 75 ਨਾ ਹੋ ਜੇ, 2 ਕਿਲੋ ਤਾਂ ਵਧ ਹੀ ਜਾਊ, ਵਧ ਹੀ ਜਾਊ, ਠੀਕ ਹੈ ਨਾ ਬਾਈ, ਇਹ ਤਾਂ ਗੱਲ ਉਹ ਹੋਈ ਖੜੀ ਆ, ਇੱਥੇ ਆਪਾਂ ਨੂੰ ਨਾ ਤਾਂ ਕੋਈ ਪੁਲਿਸ ਮਾਰੇ, ਨਾ ਕੋਈ ਆਪਾਂ ਨੂੰ ਡਾਂਗ ਮਾਰੇ, ਆਪਾਂ ਨੂੰ ਇਹ ਖਾ ਖਾ ਕੇ ਮਾਰ ਦੇਣਗੇ, ਖਵਾ ਖਵਾ ਕੇ ਮਾਰ ਦੇਣਗੇ, ਮੈਨੂੰ ਤਾਂ ਲੱਗਦਾ ਆਪਾਂ ਖਾ ਖਾ ਕੇ ਮਰਾਂਗੇ, ਕਿਉਂਕਿ ਪੰਜਾਬੀ ਤੁਹਾਨੂੰ ਪਤਾ ਹੀ ਆ, ਜਿੰਨਾ ਤੱਕ ਢੋਲ ਭਰਦਾ ਨੀ ਨਾ ਹੁੰਦਾ ਕਹਿੰਦੇ ਤੌੜਾ, ਉਨਾ ਚੱਕਰ ਆਪਾਂ ਹਟਦੇ ਨੀ, ਮੈਨੂੰ ਪਾਣੀ ਭਾਵੇਂ ਘੱਟ ਚਾਹੀਦਾ ਹੋਵੇ, ਉਹ ਗੱਲ ਹੈ। ਆਹ ਦੇਖੋ ਬਾਈ, ਇੱਧਰ ਕੇਲੇ ਤੇ ਨਾਲ ਵਾਲੀਆਂ ਪਿੰਨੀਆਂ, ਆਹ ਦੇਖੋ ਬਾਈ ਖੋਆ ਖਾ ਸਾਡੇ ਕੋਲੇ ਵਾਧੂ ਆ, ਸਾਰਿਆਂ ਕੋਲੇ ਵਾਧੂ ਆ ਯਾਰ, ਕਹਿੰਦੇ ਟਾਲੀ ਦੇ ਕੇਲੇ ਡੰਗ ਰੱਖਿਆ, ਉਹ ਦੇਖ ਮੈਂ ਦਿਖਾਉਣਾ ਬਾਈ ਤੁਹਾਨੂੰ, ਇਹਨਾਂ ਦੇ ਬਣਜਾਰੇ ਦੇ ਸਵਾਦ ਲੱਗੇ, ਰੇਹੜੀ ਵਾਲੇ ਕੋਲੇ ਵੀ ਨੀ ਹੁੰਦੇ ਨੇ, ਆਹ ਦੇਖ ਲੋ ਬਾਈ ਰੇਹੜੀ ਵਾਲੇ ਪਏ, ਕੱਲੇ ਕੱਲੇ ਬੰਦੇ ਕੋਲੇ ਦਰਜਨ ਕੇਲੇ ਨੀ ਪਈ ਆ, ਇਧਰ ਇਨਵਰਟਰ ਬਾਈ ਪੂਰਾ ਚਾਰਜ ਕਰਕੇ ਰੱਖ ਰੱਖਿਆ, ਰਾਤ ਨੂੰ ਮਾਰ ਦਿੰਦੇ ਸੈਲਫ, ਆਟੇ ਦੇ 20 ਗੱਟੇ, ਸਿਲੰਡਰ, ਗੰਢਿਆਂ ਦੀ ਬੋਰੀ, ਕਿਸੇ ਤਰ੍ਹਾਂ ਦੀ ਕੋਈ ਕਮੀ ਨੀ ਹੈਗੀ, ਦਾਲਾਂ ਮੂੰਗੀ ਤੇ ਜਿਹੜੇ ਹੈਗੇ ਆ ਸਬਜ਼ੀਆਂ ਹਰੀਆਂ, ਸਾਰੇ ਤਰ੍ਹਾਂ ਦੀ ਸਬਜ਼ੀ ਆ ਬਾਈ, ਆਹ ਚੱਲਦੇ ਦੁੱਧ ਦੇ ਲੰਗਰ ਆ ਦੇ ਪਾਣੀ ਵਾਂਗੂ, ਸਾਡੇ ਭਰਾ ਜਿਹੜੇ ਹੈਗੇ ਕਿਹੜੇ ਕਿਹੜੇ ਪਿੰਡ ਤੋਂ ਆਵੇ ਆਪਾਂ, ਬਠਿੰਡੇ ਵਾਲੇ, ਬਠਿੰਡਾ ਜ਼ਿਲ੍ਹਾ ਲੰਗਰ, ਉੱਥੋਂ ਰਾਤ ਨੂੰ ਆਈ ਆ ਗੱਡੀ, ਸਵੇਰੇ 5 ਵਜੇ ਦੇ ਲੱਗਿਆ ਵਰਤਾਉਣ ਇੱਥੇ, ਲਗਾਤਾਰ ਚੱਲਦਾ ਰਹੂਗਾ ਅਜੇ ਅੱਗੇ, ਜਿਵੇਂ ਜਿਵੇਂ ਹੁਣ ਜਾਣਗੇ ਪਿੰਡ ਫਿਰ ਰਾਤ ਨੂੰ ਲਿਆ ਕੇ ਫਿਰ ਤੜਕੇ ਫਿਰ ਬਰਤਾ ਦੇਣਗੇ, ਬਹੁਤ ਵੱਡੀ ਸੇਵਾ ਜਿਹੜਾ ਪੂਰੀ ਦਿਨ ਰਾਤ ਕੀਤੀ ਹੋਈ ਹੈ ਬਾਈ, ਇੱਥੇ ਪਾਣੀ ਆਦੇ ਨੇ, ਪਾਣੀ ਨੀ ਦਿੱਕਤ ਆਊ, ਪਾਣੀ ਤਾਂ ਕੀ ਇੱਥੇ, ਮੈਂ ਕੱਪੜੇ ਵੀ ਬਿਸਲੇਰੀ ਨਾਲ ਧੋਈ ਜਾਂਦੇ ਆ, ਦੁੱਧ ਦੇਖੋ ਕਿਹੜੇ ਲੋੜ ਚੱਲਦਾ, ਬਗਾਤੀਆਂ ਬਿਲਕੁਲ ਬਗਾਤੀਆਂ ਬਈ, ਦੁੱਧ ਮਿਲ ਜਾਂਦਾ, ਤਿਆਰੀ ਆ ਫਿਰ, ਤਿਆਰੀ ਆ ਫੁੱਲ, ਹਾਂਜੀ ਹਾਂ ਫੁੱਲ, ਕਾਹਦੀ, ਆਲੂ ਵਾਲੇ ਪਰੌਂਠੇ ਦੀ, ਕਰਾੜ ਵਾਲੇ ਵੱਲੋਂ ਖੁੱਲਾ ਸੱਦਾ, ਰਾਮਪੁਰ ਵਾਲੇ ਵੱਲੋਂ ਵੀ ਬਾਈ ਜਿਹੜਾ ਮਰਜ਼ੀ ਆ ਜਾਓ, ਬਾਲਟੀ ਭਰੀ ਪਈ ਦਹੀਂ ਦੀ, ਦੁੱਧ ਪਾ ਕੇ ਬੰਨ ਬਣਾਉਣ ਵਿੱਚ, ਅੱਛਾ ਇੱਕ ਗੱਲ ਦੱਸੋ ਯਾਰ, ਵੀ ਘਰੇ ਆਲੂ ਦੇ ਪਰੌਂਠੇ ਖਾਧੇ ਨੂੰ ਕਿੰਨਾ ਚਿਰ ਹੋ ਗਿਆ ਹੋਣਾ, ਰੋ ਛਕੀ ਜਾਂਦੇ ਘਰੇ ਬਣਾ ਕੇ ਨੀ, ਕਲੇਰ ਪੈ ਜਾਂਦਾ, ਮਨ ਮਰਜ਼ੀ ਦਾ ਖਾਈ, ਮਨ ਮਰਜ਼ੀ ਦਾ ਬਈ ਖਾਂਦੇ ਆ,
ਸਾਡੇ ਪਿੰਡ ਬਾਈ ਬਾਬਾ ਬਸਤਾ ਗੁਰਦੁਆਰਾ ਬਠਿੰਡਾ ਬਰਨਾਲ ਰੋਡ ਦੇ ਉੱਤੇ ਉੱਥੇ ਖੰਡ ਪਾਠ ਖੜਾਇਆ ਜਿਹੜੇ ਵੀ ਵੀਰ ਦਿੱਲੀ ਗਏ ਹੋਏ ਨਾ ਤੰਦਰੁਸਤੀ ਵਾਸਤੇ ਵੀਰ ਵੱਧ ਤੋਂ ਵੱਧ ਪਹੁੰਚੋ ਕੱਲ ਪ੍ਰਕਾਸ਼ ਹੋਇਆ ਕੱਲ ਨੂੰ ਭੋਗ ਹੈ ਤੇਲ ਬਾਅਦ ਚੜਵਾ ਬਦਲਾ ਸੰਘਣਾ ਹੀ ਨਹੀਂ ਹੋ ਜਾਂਦਾ ਕੱਲ ਅਸੀਂ ਬਣਾਏ ਬਾਈ ਹੈ ਚਕਲਾ ਛੋਟਾ ਤੇ ਪਰੌਂਠੇ ਵੱਡੇ ਬਸ ਪੁੱਛੀ ਨਾ ਚੱਕੀ ਦੇ ਪੂੜਾ ਬਾਕੀ ਇਹਦਾ ਸਿੱਖੇ ਹੋਏ ਆਪਾਂ ਵੀ ਸਿੱਖ ਜਾਂਗੇ ਇੱਥੇ ਰਹਿ ਕੇ ਨਾਲ ਨਾਲ ਸਾਰੇ ਪੂਰਾ ਹੋ ਜੂ ਨਹੀਂ ਮੈਂ ਕਹਿੰਦੇ ਮੈਂ ਹੁਣ ਘਰੇ ਜਾ ਕੇ ਲੜੀ ਜਾ ਵੀ ਰੋਟੀ ਤਾਂ ਮੈਨੂੰ ਬਣਾਉਣੀ ਆਉਂਦੀ ਹੈ ਪਿੰਡ ਜਾ ਕੇ ਲੜਾਈ ਪੈ ਆ ਗਈ ਮੇਥੀ ਆਈ ਪੰਜਾਬੀਆਂ ਦੇ ਸਿੱਧਾ ਲੰਗਰ ਹੀ ਆਏ ਖਾਣ ਪੀਣ ਦੇ ਪੂਰੇ ਅੱਜ ਤਾਂ ਬਈ ਧੁੰਦ ਵੱਧ ਹੋ ਗਈ ਰਹਿਣਾ ਮੈਂ ਕੱਲ ਹੀ ਸੋਚੀ ਜਾਂਦਾ ਮੈਂ ਕਿੰਨਾ ਐਤਕੀ ਅੱਗੇ ਦਸੰਬਰ ਚ ਧੁੰਦ ਆਉਂਦੀ ਸੀ ਐਤਕੀ ਆਈ ਨੀ ਰਾਤ ਤਰੇਲ ਡਿੱਗਣ ਲੱਗੇ ਮੀਂਹ ਡਿੱਗੀ ਜਾਂਦਾ ਨਿਕਲ ਲੱਗ ਗਏ ਪਾਣੀ ਜਾ ਬੀਜ ਠੀਕ ਪੂਰੀ ਇੰਟਰਵਿਊ ਕਰਾ ਦੇ ਬਾਈ ਆਹ ਮਿਲਦਾ ਆਹ ਮੁੰਡਾ ਜਿਹੜਾ ਇਹਦੇ ਨਾਨਕੇ ਸਾਡੇ ਰਹਿੰਦਾ ਬਸ ਆਹ ਬਰਾਬਰ ਹੋ ਗਿਆ ਬਾਈ ਹੁਣ ਤੂੰ ਕਿਤੇ ਪ੍ਰਭਾਵ ਜਾ ਪਾਈ ਜਾਵੇ ਇਹਨਾਂ ਤੇ ਦੇਖੋ ਜੀ ਬਿਸਤਰੇ ਸਾਡੇ ਐ ਹੁੰਦੇ ਆ ਉਹ ਨੀ ਪਏ ਆ ਰਜਾਈਆਂ ਲੈ ਕੇ ਉੱਤੇ ਤਰਲ ਤਰਪਾਲਾਂ ਵਿਛਾ ਕੇ ਤਾਂ ਆ ਗਿਆ ਜੀ ਕਹਿੰਦੇ ਹੁੰਦੇ ਆ ਵੀ ਗੈਸਟ ਹਾਊਸ ਥੱਲੇ ਆ ਗਿਆ ਆਪਣੇ ਅੱਛਾ ਕੋਈ ਦੀਆਂ ਪਿੰਨੀਆਂ ਪਈਆਂ ਲੈ ਉਹ ਪਈਆਂ ਕਿੱਲੇ ਟਰਾਲੀ ਟੰਗ ਰਹੇ ਇਹਦਾ ਫੋਟੋ ਬਣਦੀ ਕਿੱਲੇ ਜਿਹਦਾ ਸਬਜ਼ੀ ਮਟਰ ਗਾਜਾਂ ਆਪ ਹੀ ਬਣਾਉਣਾ ਤੇ ਆਪ ਹੀ ਖਾਣਾ ਆਹ ਦੇਖੋ ਜੀ ਟੂਲਾਂ ਬਣੀਆਂ ਹੋਈਆਂ ਘਰ ਬਣ ਕੇ ਜਾਵਾਂ ਟਮਾਟਰ ਤੇ ਗੰਡਾ ਤੇ ਕੀ ਬਣਾਵਾਂਗੇ
ਅਗਲ ਕਿੰਨੇ ਜਾਣੇ ਜੀ ਆਪਾਂ? ਬਾਰਡਰ ਤੇ ਝਾਕਦੇ ਟੋਪੀਆਂ ਲੈ ਕੇ, ਜਿਵੇਂ ਆਪਾਂ ਨੀ ਦੇਖਦੇ ਹੁੰਦੇ ਵੀ ਗਾਂਗਾਂ ਕਹਿੰਦੀ ਹੁਣ ਟੱਪੀਆਂ ਹੁਣ ਟੱਪੀਆਂ, ਉਹ ਵੀ ਅਸੀਂ ਦੇਖੀ ਜਾਂਦੇ ਵੀ ਹੁਣ ਟੱਪੇ ਇੱਧਰ ਨੂੰ ਹੁਣ ਟੱਪੇ। ਪਰੌਂਠਿਆਂ ਵਾਲੇ ਆਲੂ ਬਣੀ ਜਾਂਦੇ ਬਾਈ, ਆਲੂਆਂ ਵਾਲੇ ਪਰੌਂਠੇ ਵਾਲੀ ਭੁਰਜੀ ਆ ਵਜਨ ਤਾਂ ਵਧ ਨੀ। ਜਿਹੜਾ ਡੇਰਾ ਕਰਾੜ ਵਾਲਿਆਂ ਦਾ, ਕਰਾੜ ਵਾਲਾ ਪਿੰਡ, ਕਰਾੜ ਵਾਲਾ ਬਠਿੰਡਾ, ਜ਼ਿਲ੍ਹਾ ਬਠਿੰਡਾ, ਭਾਈ ਉਰੇ ਬਦਾਮਾਂ ਦਾ ਲੰਗਰ ਲਾਇਆ ਹੋਇਆ ਜੀ। ਜਿਹੜਾ ਹੈਗਾ ਬਦਾਮਾਂ ਦਾ ਲੰਗਰ ਚੱਲ ਰਿਹਾ ਬਾਈ ਜੀ, ਦੱਸੋਗੇ ਬਾਈ ਜੀ? ਦੱਸਿਓ ਕਿੱਥੋਂ ਕਿਹੜੇ ਵੀਰਾਂ ਦੇ? ਅਸੀਂ ਵੀਰ ਆਏ ਆ ਜਲੰਧਰ ਤੋਂ, ਗੁੱਟਾ ਸਾਡੀ ਉੱਥੋਂ ਪਰਾਗਪੁਰ ਪਿੰਡ ਤੋਂ, ਟੁੱਟ ਬ੍ਰਦਰ ਨੇ ਅਮਰੀਕਾ ਚਾਹੁੰਦੇ ਆ, ਠੀਕ ਹੈ ਜੀ, ਉਹਨਾਂ ਨੇ ਸੇਵਾ ਭੇਜੀ ਆ, ਠੀਕ ਹੈ, ਤੇ ਕਪੋਲੀ ਪਰਿਵਾਰ ਨੇ 200 ਕੁਇੰਟਲ ਚੌਲ ਭੇਜੇ, ਠੀਕ ਹੈ ਜੀ, ਉਹ ਵੀ ਵਰਤਾ ਰਹੇ ਆ, ਬਹੁਤ ਬਹੁਤ ਵੱਡੀ ਸੇਵਾ ਜੀ, ਬਹੁਤ ਵੱਡੀ ਸੇਵਾ। ਭਾਈ ਕਿੰਨੇ ਭੇਜੀ ਆ ਫਿਰ? ਅਮਰੀਕਾ ਵਾਲੇ ਕਿੰਨੇ ਜੀ? 9 ਤੋਂ 10 ਕੁਇੰਟਲ ਹੈ।